ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚਾਚਾ ਸੁਨਰੀ ਤੇ। ਦੋਸਤੋ, ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਰਨ ਔਜਲਾ ਦੀ ਐਲਬਮ ਬੈਕ ਦਾ ਫੱਕਅਪ ਵਿੱਚ ਇੱਕ ਗਾਣਾ ਇਹ ਵੀ ਹੈ ਜਿਸਦਾ ਨਾਮ ਹੈ ਆਲਰੇਡੀ ਟੋਲਡ ਨੋ ਨੀਡ, ਜੋ ਕਰਨ ਔਜਲਾ ਦੇ ਨੋ ਨੀਡ ਗਾਣੇ ਦਾ ਪਾਰਟ 2 ਹੋਣ ਜਾ ਰਿਹਾ ਹੈ। ਤਾਂ ਦੋਸਤੋ, ਨੋ ਨੀਡ ਗਾਣੇ ਦੀ ਗ੍ਰੈਂਡ ਸਕਸੈਸ ਤੋਂ ਬਾਅਦ ਇਸ ਗਾਣੇ ਵਿੱਚ ਕਰਨ ਔਜਲਾ ਕੁਝ ਵੱਡਾ ਅਤੇ ਨਵਾਂ ਕਰਨ ਜਾ ਰਹੇ ਹਨ। ਅਤੇ ਜਿੱਦਾਂ ਹੀ ਕਰਨ ਔਜਲਾ ਦੇ ਉੱਪਰ ਤਾਨੇ ਲੱਗ ਰਹੇ ਹਨ ਕਿ ਤੂੰ ਹੇਟ ਕਰਦਾ, ਤੈਨੂੰ ਜੈਲਸੀ ਹੋ ਰਹੀ ਹੈ, ਉਹਨਾਂ ਸਭ ਦਾ ਰਿਪਲਾਈ ਹੋਵੇਗਾ ਇਸ ਗਾਣੇ ਵਿੱਚ ਕਿ ਪਹਿਲਾਂ ਵੀ ਦੱਸਿਆ ਸੀ ਸਾਨੂੰ ਲੋੜ ਨਹੀਂ। ਤੇ ਦੋਸਤੋ, ਇਹ ਗਾਣਾ ਸਾਨੂੰ ਅਗਲੇ ਮਹੀਨੇ ਸੁਣਨ ਨੂੰ ਮਿਲ ਸਕਦਾ ਹੈ। ਅਤੇ ਸਿੱਧੂ ਦੇ ਕਿਸ ਗਾਣੇ ਨਾਲ ਉਸਦਾ ਕਲੈਸ਼ ਹੋਵੇਗਾ ਇਸ ਦੇ ਬਾਰੇ ਹਜੇ ਕੋਈ ਪੱਕੀ ਜਾਣਕਾਰੀ ਸਾਨੂੰ ਨਹੀਂ ਮਿਲ ਪਾਈ, ਪਰ ਮੈਨੂੰ ਮੇਰੀ ਟੀਮ ਵਿੱਚੋਂ ਇੱਕ ਬੰਦੇ ਨੇ ਹਾਸੇ ਮਜ਼ਾਕ 'ਚ ਇੱਦਾਂ ਕਹਿ ਦਿੱਤਾ ਕਿ ਸ਼ਾਇਦ ਇਹ ਗਾਣਾ ਸਿੱਧੂ ਦੇ ਗਾਣੇ ਦੀਸ ਡੇਜ਼ ਨਾਲ ਕਲੈਸ਼ ਕਰੇਗਾ। ਅਤੇ ਮੈਨੂੰ ਵੀ ਇਹ ਗੱਲ ਸੁਣ ਕੇ ਹਾਸਾ ਜਿਹਾ ਆਇਆ ਅਤੇ ਮੈਂ ਸੋਚਿਆ ਕਿ ਕਿਤੇ ਮਜ਼ਾਕ 'ਚ ਇਹ ਗੱਲ ਕਈ ਸੱਚੀ ਨਾ ਹੋ ਜਾਵੇ। ਤਾਂ ਦੋਸਤੋ, ਅੱਜ ਇਹ ਵੀਡੀਓ ਤੁਹਾਡੇ ਅੱਗੇ ਪੇਸ਼ ਕੀਤੀ ਹੈ। ਕਿਸੇ ਹੋਰ ਨੂੰ ਹਰਾਉਣ ਵਾਲੀ ਲਾਈ ਦੌੜ ਨਹੀਂ, ਸਾਨੂੰ ਲੋੜ ਨਹੀਂ, ਤੇਰੇ ਕਰਕੇ ਗਾਣੇ ਸਾਡੇ ਨਹੀਂ ਚੱਲਦੇ, ਤੂੰ ਲਾਉਂਦੇ ਮੇਰੇ ਤੇ ਬਲੇ ਮੈਜਿਕ। ਤੁਹਾਨੂੰ ਵੀ ਮੋਟੀਵੇਟ ਕਰਨਾ ਕਿ ਜਿੱਦਾਂ ਦੀ ਮਰਜ਼ੀ ਕੰਮ 'ਚ ਮਿਹਨਤ ਕਰੋ, ਸਫਲਤਾ ਜ਼ਰੂਰ ਮਿਲੇਗੀ। 18 ਸਾਲ ਦੀ ਉਮਰ ਵਿੱਚ ਲੈਂਬਰਗਿਨੀ ਜਲੰਧਰ ਦਾ ਪੰਜਾਬੀ ਮੁੰਡਾ ਜਿਹਦਾ ਨਾਮ ਮਨਜੀਤ, ਵੈਸੇ ਤਾਂ ਮੈਂ ਖੁਦ ਪੁੱਛੂਗਾ ਕਿ ਉਹ ਇਹੋ ਜਿਹਾ ਕੀ ਕੰਮ ਕਰਦਾ, ਤੇ ਜੇ ਮੇਰੇ ਲੋਟ ਲੱਗਿਆ ਤਾਂ ਮੈਂ ਜ਼ਰੂਰ ਕਰਕੇ ਦੇਖੂੰਗਾ। ਧੰਨਵਾਦ।